ਹਾਂਜੀ ਸਵਾਗਤ ਹੈ ਤੁਹਾਡੇ ਇੱਕ ਵਾਰ ਫੇਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਮਾਤ 10ਵੀਂ ਵਿਸ਼ਾ ਸਮਾਜਿਕ ਵਿਗਿਆਨ ਦੇ ਜੋ ਤੁਹਾਨੂੰ ਇੱਕ ਵਰਕਬੁੱਕ ਮਿਲੀ ਹੈ ਉਸ ਦੇ ਵਿੱਚ ਜੋ ਜੁਲਾਈ ਅਗਸਤ ਦਾ ਇਤਿਹਾਸ ਭਾਗ ਦਾ ਸਾਡਾ ਪਾਠ ਨੰਬਰ 4 ਹੈ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦ ਇਸ ਪਾਠ ਨੂੰ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦੇਖੀਏ ਤਾਂ ਪ੍ਰਸ਼ਨ ਨੰਬਰ 1 ਹੈ ਗੁਰੂ ਸਹਿਬਾਨ ਦੁਆਰਾ ਕੀਤੇ ਗਏ ਹੇਠ ਲਿਖੇ ਕਾਰਜਾਂ ਨੂੰ ਸਮਾਂ ਘਟਨਾ ਦੀ ਤਰਤੀਬ ਅਨੁਸਾਰ ਲਗਾਓ ਠੀਕ ਹੈ ਇਹ ਸਾਨੂੰ ਕੁਝ ਕਾਰਜ ਦਿੱਤੇ ਗਏ ਵਕ ਵਕ ਗੁਰੂ ਸਹਿਬਾਨਾਂ ਦੁਆਰਾ ਕੀਤੇ ਗਏ ਅਸੀਂ ਇਹਨਾਂ ਨੂੰ ਇੱਕ ਲੜੀ ਦੇ ਵਿੱਚ ਲਗਾਉਣਾਗਾ ਸਮੇਂ ਦੇ ਅਨੁਸਾਰ ਠੀਕ ਹੈ ਵੀ ਸਭ ਤੋਂ ਪਹਿਲਾਂ ਇਹਦੇ ਦੂਸਰੇ ਗੁਰੂ ਸਵਾਨ ਸੇ ਉਹਨੇ ਕੀ ਕੀਤਾ ਤੀਜੇ ਕਿ ਉਹਨਾਂ ਦੇ ਸਮੇਂ ਦੇ ਅਨੁਸਾਰ ਆਪਾਂ ਇਹਨਾਂ ਨੂੰ ਸੀਕੁਐਂਸ ਦੇ ਵਿੱਚ ਰੱਖਣਾਗਾ ਠੀਕ ਹੈ ਤਾਂ ਵੇਖੋ ਸਭ ਤੋਂ ਪਹਿਲਾਂ ਅਸੀਂ ਜੇ ਗੱਲ ਕਰੀਏ ਇਹਦੇ ਨੰਬਰ 1 ਤੇ ਆ ਜਾਏਗਾ ਆਪਣੇ ਕੋਲ ਗੁਰਮੁਖੀ ਲਿਪੀ ਵਿੱਚ ਸੁਧਾਰ ਨੰਬਰ 1 ਤੇ ਤੁਸੀਂ ਇੱਥੇ ਲਿਖਣਾ ਵੀ ਇਹਨੂੰ ਨਾਲ-ਨਾਲ ਵੀ ਠੀਕ ਨੰਬਰ 2 ਤੇ ਆਦਾ ਗੋਇੰਦਵਾਲ ਵਿਖੇ ਬੋਲੀ ਦਾ ਨਿਰਮਾਣ ਠੀਕ ਦੇਖੋ ਵੀ ਗੁਰਮੁਖੀ ਲਿਪੀ ਦਾ ਸੁਧਾਰ ਕਿਹਨੇ ਕੀਤਾ ਦੂਸਰੇ ਗੁਰੂ ਸੀ ਜਿਹੜੇ ਗੁਰੂ ਅੰਗਦ ਦੇਵ ਜੀ ਗੋਇੰਦਵਾਲ ਵਿਖੇ ਬੋਲੀ ਦਾ ਨਿਰਮਾਣ ਗੁਰੂ ਅਮਰਦਾਸ ਜੀ ਨੇ ਕਰਵਾਇਆ ਸੀ ਠੀਕ ਨੰਬਰ 3 ਤੇ ਆ ਜਾਏਗਾ ਮਸੰਦ ਪ੍ਰਥਾ ਮਸੰਦ ਪ੍ਰਥਾ ਦੀ ਸਥਾਪਨਾ ਗੁਰੂ ਰਾਮਦਾਸ ਜੀ ਨੇ ਕੀਤੇ ਸਾਡੇ ਚੌਥੇ ਗੁਰੂ ਸੀ ਅ ਇਸ ਤੋਂ ਬਾਅਦ ਨੰਬਰ 5 ਤੇ ਆ ਜਾਏਗਾ ਅਕਾਲ ਤਖਤ ਦੀ ਉਸਾਰੀ ਠੀਕ ਹੈ ਅ ਕਿन्हने ਕੀਤੀ ਸੀ 6ਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਲਾਵਾ ਤੇ ਬਾਣੀ ਦੀ ਰਚਨਾ ਵੀ ਨੰਬਰ 4 ਤੇ ਆ ਜਾਏਗਾ ਗੁਰੂ ਰਾਮਦਾਸ ਜੀ ਠੀਕ ਹੈ ਅਕਾਲ ਤਖਤ ਵਾਲਾ ਪੰਜਵੇਂ ਤੇ ਆਏਗਾ ਥੋੜਾ ਧਿਆਨ ਰੱਖਿਓ ਤੇ ਦਾਰਾ ਸ਼ਕੋਹ ਦੀ ਸਹਾਇਤਾ ਇਹ ਨੰਬਰ 6 ਤੇ ਆ ਜਾਏਗਾ ਠੀਕ ਹੈ ਗੁਰੂ ਹਰ Rai ਸੀ ਹਾਂ ਜੀ ਇਹਨਾਂ ਨੇ ਦਾਰਾ ਸ਼ਕੋ ਦੀ ਸਹਾਇਤਾ ਕੀਤੀ ਸੀ ਸਿੱਖਾਂ ਦੇ 7ਵੇਂ ਜਮਾਤ ਦੇ ਠੀਕ ਤਾਂ ਇਹਨਾਂ ਨੂੰ ਤੁਸੀਂ ਜਿਵੇਂ ਜਿਵੇਂ ਇੱਥੇ ਮੈਂ ਨੰਬਰ ਪਾਇਆ ਹੈਗੇ ਉਸ ਹਿਸਾਬ ਦੇ ਨਾਲ ਜਿਹੜੀ ਅੱਗੇ ਤੁਹਾਡੇ ਕੋਲ ਖਾਲੀ ਥਾਵਾਂ ਦਿੱਤੀਆਂ ਗਈਆਂ ਨੇ ਠੀਕ ਹੈ ਇੱਥੇ ਤੁਸੀਂ ਇਹਨਾਂ ਨੂੰ ਲਿਖਣਾਗਾ ਹਾਂ ਜੀ ਇਹ ਸਾਹਮਣੇ ਤੁਹਾਡੇ ਲਿਖੇਗੇ ਵੀ ਇਹਨਾਂ ਨੂੰ ਇੱਕ ਲੜੀ ਦੇ ਵਿੱਚ ਲਗਾਏ ਗਏ ਘਟਨਾ ਜਾਂ ਕਰਮ ਦੇ ਅਨੁਸਾਰ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਬਾਅਦ ਦੇ ਵਿੱਚ ਇਸ ਤਰੀਕੇ ਦੇ ਨਾਲ ਆਪਣੀ ਵਰਕਬੁੱਕ ਦੇ ਉੱਪਰ ਤੁਸੀਂ ਉਹਨੂੰ ਨੋਟ ਕਰ ਲਿਓ ਹਾਂ ਜੀ ਹਾਂਜੀ ਇਸ ਤੋਂ ਅਗਲਾ ਪ੍ਰਸ਼ਨ ਨੰਬਰ 2 ਆ ਵੀ ਆਪਣੇ ਕੋਲ ਸਹੀ ਵਿਕਲਪ ਚੁਣੋ ਨੰਬਰ 1 ਗੋਇੰਦਵਾਲ ਸਾਹਿਬ ਬਾਉਲੀ ਵਿੱਚ ਕਿੰਨੀਆਂ ਪੌੜੀਆਂ ਹਨ ਕਿੰਨੀਆਂ ਪੌੜੀਆਂ ਬਣਾਈਆਂ ਗਈ ਸੀ ਵੀ 84 ਤੇ ਇਹ ਕਿਹਾ ਗਿਆ ਸੀ ਵੀ ਜਿਹੜਾ ਵੀ ਵਿਅਕਤੀ ਹੈ ਨਾ 84 ਪੌੜੀਆਂ ਦੇ ਉੱਤੇ 84 ਬਾਰ ਜਪਜੀ ਸਾਹਿਬ ਦਾ ਪਾਠ ਕਰੇਗਾ ਉਹ 84 ਲੱਖ ਜਿਹੜੀ ਜੁਨੀ ਹੈਗੀ ਜਨਮ ਮਨ ਤੋਂ ਮੁਕਤੀ ਪ੍ਰਾਪਤ ਕਰ ਜਾਏਗਾ ਪ੍ਰਸ਼ਨ ਨੰਬਰ 2 ਅਨੰਦ ਸਾਹਿਬ ਨਾਂ ਦੀ ਬਾਣੀ ਦੀ ਰਚਨਾ ਕਿਹੜੇ ਗੁਰੂ ਸਾਹਿਬਾਨ ਨੇ ਕੀਤੀ ਸੀ ਹਾਂਜੀ ਸ੍ਰੀ ਗੁਰੂ ਅਮਰਦਾਸ ਜੀ ਨੰਬਰ 3 ਗੰਗਾ ਸਰਨਾ ਦੇ ਖੂਦ ਹੀ ਖਦਵਾਈ ਕਿਹੜੇ ਗੁਰੂ ਸਾਹਿਬ ਨੇ ਕਰਵਾਈ ਸੀ ਹਾਂਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨੰਬਰ 4 ਕਿਸ ਪ੍ਰਥਾ ਦਾ ਉਦੇਸ਼ ਸਿੱਖਾਂ ਕੋਲੋਂ ਭੇਟਾ ਇਕੱਠਾ ਕਰਨਾ ਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ ਹਾਂਜੀ ਮਸੰਦ ਪ੍ਰਥਾ ਦਾ ਠੀਕ ਹੈ ਮਸੰਦ ਪ੍ਰਥਾ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ ਚਲਾਈ ਸੀ ਨੰਬਰ 5 ਤਰਨਤਾਰਨ ਹਰ ਗੋਬਿੰਦਪੁਰ ਸ਼ਹਿਰ ਅਤੇ ਕਰਤਾਰਪੁਰ ਸ਼ਹਿਰਾਂ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ ਹਾਂਜੀ ਕਿਹਨੇ ਕਿੰਨਾ ਨੇ ਕੀਤੀ ਸੀ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਸਿੱਖਾਂ ਦੇ ਪੰਜਵੇਂ ਗੁਰੂ ਸਾਹਿਬ ਹਾਂਜੀ ਇਸ ਤੋਂ ਬਾਅਦ ਪ੍ਰਸ਼ਨ ਨੰਬਰ 3 ਹੈ ਵੀ ਹੇਠ ਲਿਖੇ ਮਾਈਂਡ ਮੈਪ ਦੇ ਆਧਾਰ ਤੇ ਉਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ ਤੇ ਇੱਕ ਸੰਖੇਪ ਨੋਟ ਲਿਖੋ ਠੀਕ ਸਾਨੂੰ ਕੁਝ ਹਿੰਟ ਦਿੱਤੇ ਗਏ ਵੀ ਇਹਨਾਂ ਨੂੰ ਅੱਗੇ ਅਸੀਂ ਇੱਕ ਇੱਕ ਦੋ ਦੋ ਲਾਈਨਾਂ ਦੇ ਵਿੱਚ ਡਿਫਾਈਨ ਕਰਨਾਗਾ ਜਿਵੇਂ ਰਾਸ਼ੀ ਚ ਇਹਨਾਂ ਨੂੰ ਬਣਾਉਣਾ ਸਿੱਖ ਸੈਨਾਂ ਦਾ ਸੰਗਠਨ ਗੁਰੂ ਜੀ ਨੂੰ ਘੋੜੇ ਤੇ ਸ਼ਸਤਰਾਂ ਦੀ ਪੇਟਾ ਅਕਾਲ ਤਖਤ ਦੇ ਦਿਓ ਸਾਰੀ ਗੁਰੂ ਜੀ ਦੇ ਰੋਜ਼ਾਨਾ ਜੀਵਨ ਵਿੱਚ ਪਰਿਵਰਤਨ ਠੀਕ ਹੈ ਤਾਂ ਆਪਾਂ ਇਹਨਾਂ ਨੂੰ ਹੱਲ ਕਰਦੇ ਆਂਗੇ ਹਨੇ ਬਟ ਤਾਂ ਜਿਵੇਂ ਨੰਬਰ 1 ਪੁਆਇੰਟ ਸੀ ਆਪਣੇ ਕੋਲ ਰਾਸ਼ੀ ਚ ਇਹਨਾਂ ਨੂੰ ਬਣਾਉਣਾ ਅਸੀਂ ਇਧੀਆਂ ਦੋ ਕ ਲਾਈਨ ਲਿਖੀਆਂ ਗੁਰੂ ਹਰगोबिंद ਸਾਹਿਬ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ। ਆ ਸ਼ੀਸ਼ ਉਤੇ ਸਾਈ ਢੰਗਨਣ ਕਲਗੀ ਸਜਾਈ ਅਤੇ 52 ਅੰਗ ਰਖੇਕ ਰੱਖੇ। ਇਹ ਸੁਣ ਲਈ ਪਹਿਲੀਆਂ ਦੋ ਕਲਾਈਨਾਂ ਦੇ ਵਿੱਚ ਪਹਿਲਾ ਜਿਹੜਾ ਪੁਆਇੰਟ ਸੀ ਉਹਨੂੰ ਕੰਪਲੀਟ ਕੀਤਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸਿੱਖਾਂ ਤੇ ਮਸੰਦਾਂ ਨੇ ਤੁਹਾਨੂੰ ਛੱਡ ਕੇ ਸੰਗਤ ਤੋਂ ਘੋੜੇ ਅਤੇ ਸ਼ਸਤਰ ਪ੍ਰਾਪਤ ਕਰਨੇ ਸਨ। ਦੇਖਿਆ ਇਹ ਇਸ ਪੁਆਇੰਟ ਨੂੰ ਆਪਾਂ ਡਿਫਾਈਨ ਕੀਤਾ ਹੈਗਾ। ਇਸ ਤਰੀਕੇ ਨਾਲ ਆਕਾਲ ਤਖਤ ਦੀ ਉਸਾਰੀ ਗੁਰੂ ਜੀ ਦੇ ਰੋਜ਼ਾਨਾ ਜੀਵਨ ਵਿੱਚ ਪਰਿਵਰਤਨ ਸਿੱਖ ਸੰਨਾਂ ਦਾ ਸੰਗਠਨ ਜਿਹੜੇ ਤੁਹਾਡੇ 5 ਪੁਆਇੰਟ ਆਗੇ ਹਨ ਉਹਨਾਂ ਨੂੰ ਆਪਾਂ ਐਕਸਪਲੇਨ ਕੀਤਾਗਾ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਓ ਵੀ ਬਾਅਦ ਦੇ ਵਿੱਚ ਆਪਣੀ ਵਰਕਬੁੱਕ ਦੇ ਉੱਪਰ ਸਾਫ਼-ਸਾਫ਼ ਲਿਖਾਈ ਦੇ ਵਿੱਚ ਨੋਟ ਕਰ ਲੈਣਾ ਹਾਂਜੀ ਹਾਂਜੀ ਇਸ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਯੋਗਦਾਨ 1538 ਤੋਂ 1552 ਠੀਕ ਹੈ ਜਿਹੜੇ ਗੁਰੂ ਅਰਜਨ ਦੇ ਗੁਰੂ ਅੰਗਦ ਦੇਵ ਜੀ ਸੀ ਉਹਨਾਂ ਨੇ ਇਹ ਸਾਰੇ ਕਾਰਜ ਕੀਤੇ ਸੀ ਠੀਕ ਹੈ ਜੇ ਉਹਨਾਂ ਦਾ ਯੋਗਦਾਨ ਕਹਿ ਸਕਦੇ ਆ ਗੁਰਮੁਖੀ ਲਿਪੀ ਵਿੱਚ ਸੁਧਾਰ ਠੀਕ ਹੈ ਗੁਰਨਾਣਕ ਦੇਵ ਜੀ ਦੀ ਬਾਣੀ ਇਕੱਠੀ ਕਰਨਾ ਲੰਗਰ ਪ੍ਰਥਾ ਉਦਾਸੀ ਸੰਪਰਦਾਇ ਦਾ ਖੰਡਨ ਸੰਗਤ ਪ੍ਰਥਾ ਕਸਰਤ ਕਰਨ ਦੀ ਸਿੱਖਿਆ ਗੁਰੂ ਅੰਗਦ ਦੇਵ ਜੀ ਦੀ ਬਾਣੀ ਜਨਮ ਸਾਖੀ ਦਾ ਸੰਕਲਨ ਗੋਇੰਦਵਾਲ ਦੀ ਸਥਾਪਨਾ ਠੀਕ ਹੈ ਇਹ ਨੋ ਪੁਆਇੰਟ ਹੈਗੇ ਤੁਸੀਂ ਕਰ ਲਿਆ ਉਹਨਾਂ ਨੂੰ ਅੱਗੇ ਜਦੋਂ ਵੀ ਪੇਪਰ ਦੇ ਵਿੱਚ ਤੁਹਾਨੂੰ 3 ਜਾਂ 4 ਅੰਕਾਂ ਦਾ ਪ੍ਰਸ਼ਨ ਆਇਆ ਤਾਂ ਅਸੀਂ ਇਹਨਾਂ ਪੁਆਇੰਟਾਂ ਦੇ ਵਿੱਚ ਇੱਕ ਇੱਕ ਦੋ ਦੋ ਲਾਈਨ ਐਡ ਕਰਕੇ ਇਹਦਾ ਇੱਕ ਵਧੀਆ ਕੁਐਸਚਨ ਅਸੀਂ ਤਿਆਰ ਕਰ ਸਕਦੇ ਹਾਂ। ਹਾਂਜੀ, ਨੈਕਸਟ ਵੀ ਆਪਣੇ ਕੋਲ ਚਿੱਤਰ ਨੂੰ ਦੇਖ ਕੇ ਇਮਾਰਤ ਗੁਰਦੁਆਰੇ ਦਾ ਨਾਮ ਦੱਸੋ ਅਤੇ ਇਹ ਵੀ ਦੱਸੋ ਇਹ ਕਿੱਥੇ ਸਥਿਤ ਹੈ। ਹਾਂਜੀ, ਸਭ ਤੋਂ ਪਹਿਲਾਂ ਚਿੱਤਰ ਦੇਖੋ ਵੀ ਆਹ ਵਾਲਾ ਜਿਹੜਾ ਤਾਂ ਇਹ ਸੀ ਇਮਾਰਤ ਦਾ ਨਾਮ ਹੈਗਾ ਅਕਾਲ ਤਖਤ। ਠੀਕ ਹੈ, ਅਕਾਲ ਤਖਤ ਕਿੱਥੇ ਸਥਿਤ ਹੈ ਵੀ? ਅੰਮ੍ਰਿਤਸਰ ਦੇ ਵਿੱਚ ਸਥਿਤ ਹੈਗੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਕਿੰਨਾ ਨੇ ਬਣਵਾਇਆ ਸੀ ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਈ ਸੀ ਸਿੱਖਾਂ ਦੇ 6ਵੇਂ ਗੁਰੂ ਸੀ ਅਕਾਲ ਤਖਤ ਦੇ ਵਿੱਚ ਵੀ ਇੱਕ 12 ਫੋਟੋ ਉੱਚਾ ਜਿਹੜਾ ਥੜਾ ਬਣਾਇਆ ਗਿਆ ਸੀ ਜਿੱਥੋਂ ਕਿ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਦੀ ਰਾਜਨੀਤਿਕ ਅਗਵਾਈ ਕਰਦੇ ਸੀ ਠੀਕ ਨੰਬਰ 2 ਠੀਕ ਹੈ ਇਸ ਇਮਾਰਤ ਨੂੰ ਸਾਰੇ ਜਾਣਦੇ ਹੋਏਗੇ ਇਹ ਗੁਰਦੁਆਰਾ ਸਿੱਖਾਂ ਦੇ ਲਈ ਇੱਕ ਪਵਿੱਤਰ ਸਥਾਨ ਹੈਗਾ ਹਰਮੰਦਰ ਸਾਹਿਬ ਠੀਕ ਫਰੀ ਮੰਦਰ ਸਾਹਿਬ ਹਾਂਜੀ ਇਹ ਵੀ ਕਿਤੇ ਸਥਿਤ ਹੈ ਵੀ ਅੰਮ੍ਰਿਤਸਰ ਦੇ ਵਿੱਚ ਠੀਕ ਨੰਬਰ 3 ਠੀਕ ਹਾਂਜੀ ਇਸ ਇਮਾਰਤ ਦਾ ਨਾਮ ਹੈਗਾ ਵੀ ਫਤਿਹ ਬੁਰਜ ਠੀਕ ਫਤਿਹ ਬਰਜਰੀ ਨੰਬਰ 3 ਹੈਗੀ ਇਹ ਕਿੱਥੇ ਬਣੀ ਹੈ ਵੀ ਇਹ ਬਣੀ ਹੈਗੀ ਚੱਪੜ ਚਿੜੀ ਚੱਪੜ ਚਿੜੀ ਮਹਾਲੀ ਠੀਕ ਨੰਬਰ 4 ਹੈ ਆਪਣੇ ਕੋਲ ਜੀ ਜੋ ਆਦਾਂ ਨੂੰ ਦਿਖਾਈ ਦੇ ਰਹੀ ਵੀ ਇਸ ਦਾ ਨਾਮ ਹੈਗਾ ਵਿਰਾਸਤ ਏ ਖਾਲਸਾ ਵਿਰਾਸਤ ਏ ਖਾਲਸਾ ਠੀਕ ਹੈ ਏ ਕਿਤੇ ਸੇ ਤਵੀ ਏ ਸੇ ਤੱਕੀ ਅਨੰਦਪੁਰ ਸਾਹਿਬ ਦੇ ਵਿੱਚ ਠੀਕ ਹੈ ਵੀ ਤੁਸੀਂ ਨੋਟ ਡਾਊਨ ਕਰ ਲਿਓ ਅਨੰਦਪੁਰ ਸਾਹਿਬ ਦੇ ਠੀਕ ਹੈ ਤਾਂ ਪਹਿਲਾ ਕਾਲ ਤਖਤ ਸੀ ਅਮਰਸਰ ਸਾਹਿਬ ਦੇ ਵਿੱਚ ਫਿਰ ਹਰਮੰਦਰ ਸਾਹਿਬ ਕੋ ਵੀ ਅਮਰਸਰ ਸਾਹਿਬ ਦੇ ਵਿੱਚ ਫਤਿਹ ਬੁਰਜ ਚੱਪੜ ਚਿੜੀ ਮੋਹਾਲੀ ਵਿਰਾਸਤ ਏ ਖਾਲਸਾ ਅਨੰਦਪੁਰ ਸਾਹਿਬ ਹਾਂਜੀ ਇਸ ਤੋਂ ਪ੍ਰਸ਼ਨ ਨੰਬਰ 5 ਹੈ ਵੀ ਆਪਣੇ ਕੋਲ ਹੇਟ ਲਿਖੇ ਮਾਈਂਡ ਮੈਪ ਦੀ ਸਹਾਇਤਾ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਿੱਖ ਧਰਮ ਦੇ ਵਿਕਾਸ ਲਈ ਯੋਗਦਾਨ ਦਾ ਵਰਣਨ ਕਰੋ ਠੀਕ ਹੈ ਮਾਈਂਡ ਮੈਪ ਸਾਨੂੰ ਦਿੱਤਾ ਜਾਏਗਾ ਜਿਹਦੇ ਵਿੱਚ ਗੁਰਮੁਖੀ ਲਿਪੀ ਦਾ ਸੁਧਾਰ ਉਦਾਸੀ ਮਤ ਦਾ ਖੰਡਨ ਗੋਇੰਦਵਾਲ ਸਾਹਿਬ ਦੀ ਸਥਾਪਨਾ ਗੁਰੂ ਜੀ ਦੁਆਰਾ ਬਾਣੀ ਦੀ ਰਚਨਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕੱਠਾ ਕਰਨਾ ਠੀਕ ਹੈ ਇਹਨਾਂ ਪੁਆਇੰਟਸ ਨੂੰ ਆਪਾਂ ਅਗੇ ਐਕਸਪਲੇਨ ਕਰਨਾਗਾ ਇੱਕ ਇੱਕ ਦੋ ਦੋ ਲਾਈਨਾਂ ਜਿਵੇਂ ਅਸੀਂ ਪਿੱਛੇ ਗੁਰੂ ਹਰਗੋਬਿੰਦ ਸਾਹਿਬ ਦੀ ਨਵੀਂ ਨਵੀਂ ਨੀਤੀ ਨੂੰ ਐਕਸਪਲੇਨ ਕੀਤਾ ਸੀ ਬਿਲਕੁਲ ਉਸੇ ਤਰੀਕੇ ਦੇ ਨਾਲ ਤਾਂ ਆਓ ਆਪਾਂ ਕਰਦੇ ਹਾਂ ਇਸ ਨੂੰ ਵੀ ਹਲ ਹਾਂਜੀ ਤਾਂ ਸਭ ਤੋਂ ਪਹਿਲਾਂ ਆਪਾਂ ਪੁਆਇੰਟ ਜਿਹੜਾ ਕੀਤਾ ਹੱਲ ਵੀ ਹੋਇਆਗਾ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਅਖਰੀ ਰੂਪ ਦਿੱਤਾ ਤੇ ਉਸ ਨੂੰ ਨਾਉ ਗੁਰਮੁਖੀ ਦਾ ਨਾਮ ਦਿੱਤਾ ਗੁਰਮੁਖੀ ਲਿਪੀ ਨੂੰ ਪ੍ਰਚਾਰਨ ਦੇ ਲਈ ਗੁਰੂ ਅੰਗਦ ਦੇਵ ਜੀ ਨੇ ਇੱਕ ਬਾਲਬੋਧ ਨਾਂ ਦੀ ਜਿਹੜੀ ਪੁਸਤਕ ਸੀ ਉਹ ਵੀ ਤਿਆਰ ਕੀਤੀ ਠੀਕ ਹੈ ਗ੍ਰੰਥ ਸੀ ਗੁਰੂ ਸਾਹਿਬ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਿਹੜਾ ਸਿੱਖ ਤਿਆਗ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਸਿੱਖ ਨਹੀਂ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਜਿਹੜੇ ਤੁਹਾਡੇ 6.5 ਪੁਆਇੰਟ ਅਗੇ ਆਪਾਂ ਐਕਸਪਲੇਨ ਕੀਤੇ ਹੈਗੇ ਠੀਕ ਹੈ ਤੁਸੀਂ ਸਕਰੀਨ ਸ਼ਾਟ ਲੈ ਲਈਵੇ ਇਹਦੇ ਬਾਅਦ ਦੇ ਵਿੱਚ ਸਾਫ਼-ਸਾਫ਼ ਲਿਖਾਈ ਦੇ ਵਿੱਚ ਆਪਣੀ ਵਰਕਬੁੱਕ ਦੇ ਉੱਤੇ ਨੋਟ ਕਰ ਲਿਓ ਇਹਨਾਂ ਨੂੰ ਹਾਂਜੀ ਤੁਸੀਂ ਸਕਰੀਨ ਸ਼ਾਟ ਲੈ ਲਿਓ ਠੀਕ ਹੈ। ਅਨੈਕਸਟ ਵੀ ਆਪਣੇ ਕੋਲ ਇਹੇਠਾਂ ਦਿੱਤੀ ਟਾਈਮਲਾਈਨ ਨੂੰ ਪੂਰਾ ਕਰੋ ਠੀਕ ਹੈ। ਇੱਥੇ ਟਾਈਮਲਾਈਨ ਨੂੰ ਆਪਾਂ ਪੂਰਾ ਕਰਨਾਗਾ ਸਾਹਮਣੇ ਤੁਹਾਨੂੰ ਦਿੱਤਾ ਗਿਆ ਹੈ ਕਿ ਗੁਰੂ ਸਾਹਿਬਾਨ ਠੀਕ ਹੈ ਉਹਨਾਂ ਦੀ ਗੁਰਗੱਦੀ ਪ੍ਰਾਪਤ ਕਰਨ ਦਾ ਜਿਹੜਾ ਸਮਾਂਗਾ ਉਹ ਆਪਾਂ ਇੱਥੇ ਲਿਖਣਾਗਾ ਜੇ ਸਭ ਤੋਂ ਪਹਿਲਾਂ ਦੇਖੋ ਆ ਸ੍ਰੀ ਗੁਰੂ ਨਾਨਕ ਦੇਵ ਜੀ ਆ ਉਹਨਾਂ ਦਾ ਜਨਮ 1469 ਦੇ ਵਿੱਚੋਂ ਆਇਆ ਸੀ। ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ ਕਦੋਂ ਹੋਈ? ਹਾਂਜੀ ਕਦੋਂ ਹੋਈ ਸੀ 1539 ਦੇ ਵਿੱਚ। ਠੀਕ। ਗੁਰੂ ਅਮਰਦਾਸ ਜੀ ਦੇ ਤਾ ਉਹਨੇ 1552 ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ ਕਦੋਂ ਹੋਈ ਸੀ? 1574 ਦੇ ਵਿੱਚ। ਠੀਕ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ ਕਦੋਂ ਹੋਈ ਸੀ? 1581 ਦੇ ਵਿੱਚ। ਠੀਕ ਹੈ। ਇੱਕ ਵਾਰੀ ਨੋਟ ਕਰੋ। ਗੁਰੂ ਅਰਜਨ ਦੇਵ ਜੀ ਤੱਕ ਹਾਂਜੀ ਠੀਕ ਗੁਰੂ ਅਰਜਨ ਦੇਵ ਜੀ ਵੱਲ ਹੋ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਪ੍ਰਾਪਤੀ ਹੋਈ ਸੀ ਵੀ 1606 ਦੇ ਵਿੱਚ 1606 ਗੁਰੂ ਹਰ Rai ਜੀ ਨੂੰ 1645 ਦੇ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ ਹੋਈ ਸੀ 1661 ਦੇ ਵਿੱਚ 1661 ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਗੱਦੀ ਪ੍ਰਾਪਤ ਹੋ ਗਈ ਸੀ 1664 ਦੇ ਵਿੱਚ ਸ਼੍ਰੀ ਗੁਰੂ ਗੋਵਰ गोविंद ਸਿੰਘ ਜੀ ਨੂੰ 1675 ਦੇ ਵਿੱਚ ਠੀਕ ਹੈ ਅਗਰ ਤੁਸੀਂ ਇੱਥੇ ਧਿਆਨ ਨਾਲ ਵੇਖੋਗੇ ਵੀ ਤਾਂ ਤੁਹਾਨੂੰ ਇੱਕ ਗੱਲ ਆਏਗੀ ਵੀ ਜਿਹੜੇ ਗੁਰੂ ਹਰਿਕ੍ਰਿਸ਼ਨ ਜੀ ਸੀ ਉਹ ਸਿਰਫ 3 ਸਾਲ ਹੀ ਗੁਰਗੱਦੀ ਤੇ ਰਹੇ ਹਗੇ ਠੀਕ ਹੈ ਉਹ ਜਦੋਂ ਉਹਨਾਂ ਨੂੰ ਗੁਰਗੱਦੀ ਦੀ ਪ੍ਰਾਪਤ ਹੋਈ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਤਾਂ ਉਹਨਾਂ ਦੀ ਉਮਰ 5 ਸਾਲ ਸੀ ਠੀਕ ਹੈ ਤੇ ਉਹਨਾਂ ਨੇ 3 ਸਾਲ ਗੁਰਗੱਦੀ ਤੇ ਰਹੇ ਯਾਨੀ ਕਿ ਕੁੱਲ ਮਿਲਾ ਕੇ ਉਹ 8 ਸਾਲ ਦੀ ਉਮਰ ਦੇ ਵਿੱਚ ਜੋਤ ਜੋਤ ਸਮਾ ਗਏ ਸੀ ਇਸ ਕਰਕੇ ਉਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਬਾਲ ਗੁਰੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਠੀਕ ਹੈ ਹਾਂਜੀ ਇਸ ਤੋਂ ਬਾਅਦ ਅੱਗੇ ਵੀ ਟਾਈਮ ਲਾਈਨ ਇਹ ਵੀ ਪੂਰੀ ਕਰਨੀ ਹੈਗੀ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਕਦੋਂ ਰੱਖਿਆ ਗਿਆ ਵੀ 1500 88 ਠੀਕ ਹੈ ਸਾਈ ਮੀਆਂ ਮੀਰ ਨੇ ਰੱਖਿਆ ਸੀ ਇਹ ਇੱਕ ਮੁ슬ਮਨ ਫਕੀਰ ਸੀ ਆਦਗਰਨ ਸਾਹਿਬ ਦਾ ਸੰਕਲਨ 1604 ਠੀਕ ਹੈ 1604 ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਧੀ 1606 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹਾਂਜੀ ਇਹਨਾਂ ਦਾ ਜਨਮ ਹੋਇਆ ਸੀ ਵੀ 1664 ਪਟਨਾ ਚ ਹੋਇਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਹਾਂਜੀ ਇਹ ਹੋਈ ਸੀ ਵੀ 1675 ਦੇ ਵਿੱਚ ਖਾਲਸਾ ਪੰਦੀ ਸਥਾਪਨਾ 1699 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣਾ 1708 ਠੀਕ ਹੈ ਇਹਦੇ ਨਾਲ ਜਿਹੜੀ ਆਪਣੀ ਟਾਈਮ ਲਾਈਨ ਸੀ ਉਹ ਕੰਪਲੀਟ ਹੋ ਗਈ ਤੁਸੀਂ ਵੀ ਸਾਫ ਸਾਫ ਲਿਖਾਈ ਦੇ ਵਿੱਚ ਉਹਨੂੰ ਨੋਟ ਕਰ ਲਿਓ ਹਾਂਜੀ ਇਸ ਤੋਂ ਬਾਅਦ ਪੰਜਾਬ ਦਾ ਨਕਸ਼ਾ ਵੀ ਕਨੋਂ ਪ੍ਰੋਕਤ ਨਕਸ਼ੇ ਵਿੱਚ ਆਪਣੀ ਪਸੰਦ ਦੇ ਕੋਈ ਪੰਜ ਸਥਾਨ ਭਰੋ ਅਤੇ ਆਪਣੇ ਸਾਥੀਆਂ ਨਾਲ ਉਸ ਬਾਰੇ ਚਰਚਾ ਕਰੋ ਠੀਕ ਹੈ ਇਸ ਮੈਪ ਦੇ ਵਿੱਚ ਆਪਾਂ ਜਿਹੜੇ ਪੰਜ ਸਥਾਨ ਹੈਗੇ ਹੋ ਪਰ ਲੇਗੇ ਕੋਈ ਵੀ ਤੁਸੀਂ ਪੰਜ ਸਥਾਨ ਭਰ ਸਕਦੇ ਹੋ ਆਪਣੀ ਪਸੰਦ ਦੇ ਠੀਕ ਹੈ ਕੋਸ਼ਿਸ਼ ਕਿ ਮੈਂ ਤੁਹਾਨੂੰ ਭਰ ਕੇ ਵੀ ਦਿਖਾਦਾ ਨਾ ਅ ਜਿਵੇਂ ਸਭ ਤੋਂ ਪਹਿਲਾਂ ਅਸੀਂ ਜੇ ਗੱਲ ਕਰੀਏ ਵੀ ਅ ਅੰਮ੍ਰਿਤਸਰ ਤੇ ਲਾਹੌਰ ਬਿਲਕੁਲ ਆਮੋ ਸਾਹਮਣੇ ਹੀ ਜਗੇ ਠੀਕ ਹੈ ਤਾਂ ਇੱਥੇ ਜੇ ਅਸੀਂ ਅੰਮ੍ਰਿਤਸਰ ਭਰਾਂਗੇ ਠੀਕ ਹੈ ਮੈਂ ਨਾਮ ਨਹੀਂ ਲਿਖਾਂਗਾ ਮੈਂ ਤੁਹਾਨੂੰ ਬੋਲ ਕੇ ਦੱਸਾਂਗਾ ਇਸ ਸਥਾਨ ਤੇ ਅੰਮ੍ਰਿਤਸਰ ਠੀਕ ਹੈ ਅੰਮ੍ਰਿਤਸਰ ਦੇ ਬਿਲਕੁਲ ਸਾਈਡ ਤੇ ਆ ਜਾਂਦਾਗਾ ਠੀਕ ਹੈ ਲਾਹੌਰ ਅੰਮ੍ਰਿਤਸਰ ਲਾਹੌਰ ਇਸ ਤੋਂ ਬਾਅਦ ਨੈਕਸਟ ਸਟਪ ਜੇ ਭਰੀਏ ਤਾਂ ਮਲਤਾਨ ਦੀ ਜਿਹੜੀ ਲੋਕੇਸ਼ਨ ਹੈ ਵੀ ਇੱਥੇ ਜਾਈ ਜਣੀ ਹੈਗੀ ਮਲਤਾਨ ਠੀਕ ਹੈ ਉੱਪਰ ਵਾਲੀ ਸਾਈਡ ਤੋਂ ਤੁਸੀਂ ਚੱਲੀਏ ਤਾਂ ਇੱਥੇ ਸਾਡੇ ਕੋਲ ਸਭ ਤੋਂ ਪਹਿਲਾਂ ਪਠਾਨਕੋਟ ਪਠਾਨਕੋਟ ਦੇ ਨਾਲ ਦੂਸਰਾ ਜਿਹੜਾ ਸਾਡਾ ਜ਼ਿਲ੍ਹਾ ਹੈਗਾ ਪੰਜਾਬ ਦਾ ਉਹ ਗੁਰਦਾਸਪੁਰ ਠੀਕ ਹੈ ਆ ਮਲਤਾਨ ਹੋ ਗਿਆ ਸਾਡੇ ਕੋਲ ਆਹ ਵਾਲਾ ਪਠਾਨਕੋਟ ਆਹ ਵਾਲਾ ਗੁਰਦਾਸਪੁਰ ਠੀਕ ਹੈ ਇੱਕ ਇੱਥੇ ਸਾਡੇ ਕੋਲ ਹੈ ਆਨੰਦਪੁਰ ਸਾਹਿਬ ਠੀਕ ਹੈ आनंदपुर साहिब ਇਹਦੇ ਨੀਚੇ ਜੇ ਆ ਜਾਂਦਾ ਆਪਣੇ ਕੋਲ ਸਰਹੰਦ ਆਨੰਦਪੁਰ ਸਾਹਿਬ ਤੇ ਆ ਵਾਲਾ ਸਰਹੰਦ ਠੀਕ ਇੱਕ ਸਥਾਨ ਸਾਡੇ ਕੋਲ ਇੱਥੇ ਹੈਗਾ ਇਹ ਹੈਗਾ ਮੁਕਤਸਰ ਠੀਕ ਹੈ ਮੁਕਤਸਰ ਜਾਂ ਖਿਦਰਾਣਾ ਠੀਕ ਹੈ ਇੱਕ ਇਹਦੇ ਅਟਲੇ ਪਾਸੇ ਤੇ ਸਥਾਨ ਆ ਜਾਂਦਾਗਾ ਸੋਨੀਪੱਤ ਕਮਲ ਕਾਫੀ ਸਥਾਨ ਭਰਲੇ ਤੁਸੀਂ ਨੋਟ ਕਰ ਲੈਣ ਨੂੰ ਸਭ ਤੋਂ ਪਹਿਲਾਂ ਦੇਖੋ ਮੁਲਤਾਨ ਹੋ ਗਿਆ ਠੀਕ ਹੈ ਆ ਪਹਿਲਾ ਜਿਹੜਾ ਸਥਾਨ ਸੀ ਪਠਾਨਕੋਟ ਦੂਸਰਾ ਵਾਲਾ ਗੁਰਦਾਸਪੁਰ ਆਹ ਇੱਥੇ ਪਰੇਗਾ ਮੁਖਤਸਰ ਆਹ ਵਾਲਾ ਆਨੰਦਪੁਰ ਸਾਹਿਬ ਠੀਕ ਹੈ ਆਹ ਵਾਲਾ ਇਹਨਾਂ ਸਥਾਨ ਸਿਰਹੰਦ ਤੇ ਆਹ ਵਾਲਾ ਸੋਨ ਠੀਕ ਹੈ ਇਹਦੇ ਵਿੱਚੋਂ ਜਿਹੜੇ ਵੀ ਤੁਹਾਨੂੰ ਸੌਖੇ ਪੰਜ ਜਾਂ ਛੇ ਸਥਾਨ ਲੱਗੇ ਤੁਸੀਂ ਉਹ ਫਿਲ ਕਰ ਲਿਓ ਠੀਕ ਹੈ ਆਪਣੇ ਵਰਕ ਬੁੱਕ ਦੇ ਉੱਤੇ ਠੀਕ ਹੈ ਤਾਂ ਏ ਪਾਰਟ ਨੰਬਰ 4 ਸੀ ਬੇਟਾ ਬਈ ਤੁਹਾਡੇ ਲਈ ਹੱਲ ਕੀਤਾਗਾ ਠੀਕ ਹੈ ਅਗਰ ਕੋਈ ਕੁਐਸਚਨ ਤੁਹਾਨੂੰ ਮਿਸ ਹੋ ਗਿਆ ਤਾਂ ਦੁਬਾਰਾ ਫਿਰ ਵੀਡੀਓ ਵੇਖ ਲਿਓ ਠੀਕ ਹੈ ਤੇ ਆਪਣੀ ਵਰਕ ਬੁੱਕ ਦੇ ਉੱਪਰ ਸਾਫ਼-ਸਾਫ਼ ਲਿਖਾਈ ਦੇ ਵਿੱਚ ਇਸ ਟੌਪਿਕ ਨੂੰ ਨੋਟ ਕਰ ਲੈਣਾ ਪਾ ਠੀਕ ਹੈ ਜਲਦੀ ਆਪਾਂ ਇਹ ਤੁਹਾਡੇ ਪਾਰਟ ਨੰਬਰ 5 ਦਾ ਗੋ ਵੀ ਤੁਹਾਡੇ ਲਈ ਹੱਲ ਕਰਾਂਗੇ ਤਦ ਤੱਕ ਤੁਸੀਂ ਇਸ ਪਾਰਟ ਨੂੰ ਕੰਪਲੀਟ ਕਰੋ ਓਕੇ ਬੇਟਾ ਥੈਂਕ ਯੂ